Harjeet Kaur, welcome back to the channel. ਜਿਹਦਾ ਨਾਮ ਹੈ ਕੌਰਵਰ। ਅੱਜ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਉਤਸਵ ਤੇ ਮੈਂ ਜਾ ਰਹੀ ਹਾਂ ਮੰਗਾ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ। ਅੱਜ ਬਾਬਾ ਜੀ ਦਾ ਬਰਥਡੇ ਹੈਗਾ ਤਾਂ ਮੈਂ ਨਵਾਂ ਸੂਟ ਪਾਇਆ ਯੈਲੋ ਕਲਰ ਦਾ ਔਰ ਨਾਲ ਹੀ ਨਵੀਂ ਜੁੱਤੀ ਪਾਈ ਹੈ। ਤੁਸੀਂ ਮੈਨੂੰ ਦੱਸਣਾ ਕਮੈਂਟ ਕਰ ਰਹੀ ਸੀ ਸੂਟ ਕਿੱਦਾਂ ਦਾ ਲੱਗ ਰਿਹਾ ਹੈ। अभी दीप आ गया है और मैं अभी प्रेफर करूंगी कि मैं मेट्रो से जाऊं क्योंकि बहुत ही ज्यादा लिफ्ट आ गई कि क्योंकि बहुत ट्रैफिक होगा रास्ते में तो मेट्रो कन्वीनियंट रहेगी क्योंकि हमें ट्रैफिक नहीं मिलेगा। अभी मैं जल्दी पहुंचना है गुरुद्वारे। मास्क लगा ले। चलो सारे लोग आ जाओ, चलते हैं ऐसे दर्शन करके आते हैं बाबा जी का। हैप्पी बर्थडे बर्थडे है। ਮੇਰਾ ਬੈਗ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ। ਨਵਾਂ ਲਿੱਤਾ। ਬਹੁਤ ਵਧੀਆ ਲੱਗ ਰਿਹਾ ਪੁੱਤ। आज मैंने फर्स्ट टाइम राजीव चौक का ये जो स्टेशन है मेट्रो स्टेशन खाली देखा, नहीं तो यहाँ पर तो पैर रखने की जगह नहीं है। गुरुद्वारे और बहुत ही ज्यादा रौनक है, बहुत ज्यादा लाइटिंग हुई हुई है। चलो आओ फिर दर्शन करते हैं। ਬੋਲੋ ਤੁਮ ਰਜਾਈ ਚੰਨਾ
ਲਿਆ, ਲੰਗਰ ਵੀ ਛੱਕ ਲਿਆ, ਉਹਨੂੰ ਉਹਦੇ ਲੱਡੂ ਵੀ ਮਿਲਿਆ। ਬਾਰ ਬਾਰ ਮਿੱਠਾ ਕਰੋ ਲੇਕਿਨ ਖਾਈ ਵਾਲੇ ਲੱਡੂ ਖਾਓ। ਬਸ ਹੁਣ ਅਸੀਂ ਘਰ ਜਾ ਰਹੇ ਹਾਂ। ਬਹੁਤ ਅੱਛਾ ਲੱਗਾ ਦਰਸ਼ਨ ਕਰਕੇ ਬਾਬਾ ਜੀ ਦੇ। ਆਈ ਹੋਪ ਤੁਹਾਨੂੰ ਵੀ ਇਹ ਵੀਡੀਓ ਦੇਖ ਕੇ ਬਹੁਤ ਅੱਛਾ ਲੱਗਿਆ ਹੋਏਗਾ। ਐਂਡ ਤੁਹਾਨੂੰ ਸਭ ਨੂੰ ਗੁਰਪੁਰਬ ਦੀਆਂ ਅਲੱਗ ਅਲੱਗ ਵਧਾਈਆਂ। ਬਾਏ, ਟੇਕ ਕੇਅਰ, ਲਵ ਯੂ ਗਾਇਜ਼। ਮਿਲਤੀ ਹੂੰ ਆਪਕੋ ਆਪਣੇ ਨੈਕਸਟ ਵੀਡੀਓ ਮੇਂ। ਤਬ ਤੱਕ ਕੇ ਲੀਏ ਟੇਕ ਕੇਅਰ, ਬਾਏ।